ਫੈਡਰਲ ਚੋਣਾਂ 'ਚ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਨੇ, ਜਿਸ ਤੋਂ ਬਾਅਦ ਜਿੱਥੇ ਵਿਦੇਸ਼ੀ ਧਰਤੀ ਤੇ ਖੁਸ਼ੀ ਦਾ ਮਾਹੌਲ ਹੈ, ਉੱਥੇ ਐਮਪੀ ਬਣੇ ਨਾਲ ਪੰਜਾਬੀਆਂ ਦੇ ਪਿੰਡਾਂ 'ਚ ਵੀ ਵਿਆਹ ਵਰਗਾ ਮਾਹੌਲ ਬਣਿਆ ਹੋਇਆ। ਇਹਨਾਂ ਚੋਣਾਂ 'ਚ 18 ਚੁਣੇ ਗਏ ਪੰਜਾਬੀ ਐਮਪੀ 'ਚੋਂ ਇੱਕ ਨਾਮ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ, ਜੋ ਕਿ ਜਸਟਿਨ ਟਰੂਡੋ ਦੇ ਲਈ ਕਿੰਗ ਮੇਕਰ ਸਾਬਿਤ ਹੋ ਸਕਦੇ ਨੇ। ਇੱਥੇ ਦੱਸ ਦਈਏ ਕਿ 338 ਮੈਂਬਰੀ ਕੈਨੇਡੀਅਨ ਸੰਸਦ 'ਚ ਲਿਬਰਲ ਪਾਰਟੀ ਨੂੰ 157 ਸੀਟਾਂ ਤੇ ਜਿੱਤ ਹਾਸਲ ਹੋਈ ਹੈ, ਜੋ ਕਿ ਬਹੁਮਤ ਤੋਂ 13 ਸੀਟਾਂ ਘੱਟ ਨੇ। ਇਸ ਵਿਚਾਲੇ ਦੱਸ ਦਈਏ ਕਿ ਐਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਲਿਬਰਲ ਪਾਰਟੀ ਨੂੰ ਸਮਰਥਨ ਦੇਣਗੇ। ਅਜਿਹੇ 'ਚ ਐਨਡੀਪੀ ਆਗੂ ਜਗਮੀਤ ਸਿੰਘ ਜਸਟਿਨ ਟਰੂਡੋ ਦੇ ਲਈ ਕਿੰਗ ਮੇਕਰ ਸਾਬਿਤ ਹੋ ਸਕਦੇ ਨੇ। ਜਿੱਥੇ ਕਿ ਟਰੂਡੋ ਦੀ ਪਾਰਟੀ ਕੋਲ ਬਹੁਮਤ ਲਈ ਮਹਿਜ਼ 13 ਸੀਟਾਂ ਹੀ ਘੱਟ ਨੇ, ਉੱਥੇ ਹੀ 24 ਸੀਟਾਂ ਜਿੱਤੀ ਐਨਡੀਪੀ ਵੱਲੋਂ ਦਿੱਤਾ ਜਾਣ ਵਾਲਾ ਸਮਰਥਨ ਇੱਕ ਵਾਰ ਫਿਰ ਟਰੂਡੋ ਦੀ ਸਰਕਾਰ ਬਣਾਉਣ ਲਈ ਅਹਿਮ ਰਹੇਗਾ। ਗੌਰਤਲਬ ਹੈ ਕਿ ਜਗਮੀਤ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਦੇ ਬਰਨਵੀ ਦੱਖਣੀ ਹਲਕੇ ਤੋਂ ਜਿੱਤ ਮਿਲੀ ਹੈ ਤੇ ਉਹਨਾਂ ਦੀ ਪਾਰਟੀ 24 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਤੇ ਉਹਨਾਂ ਦੀ ਪਾਰਟੀ ਨੇ ਕੈਨੇਡਾ 'ਚ ਹੋਈਆਂ ਇਹਨਾਂ ਚੋਣਾਂ 'ਚ ਅਹਿਮ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਜਗਮੀਤ ਸਿੰਘ ਨੇ ਸਾਲ 2011 'ਚ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਨੇ ਥੋੜ੍ਹੇ ਸਮੇਂ 'ਚ ਹੀ ਕੈਨੇਡਾ ਦੇ ਵਿੱਚ ਇੱਕ ਵੱਡਾ ਰੁਤਬਾ ਹਾਸਲ ਕਰ ਲਿਆ। ਜਿਨ੍ਹਾਂ ਦੇ ਸਮਰਥਕਾਂ ਦਾ ਪਿਆਰ ਤੇ ਫੈਡਰਲ ਚੋਣਾਂ 'ਚ ਮਿਲੀ ਜਿੱਤ ਇਸ ਨੂੰ ਸਾਫ਼ ਬਿਆਨ ਕਰ ਰਹੀ ਹੈ। ਬਿਊਰੋ ਰਿਪੋਰਟ, ਦੈਨਿਕ ਸਵਰਾ ਟੀਵੀ।